ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜੋ ਕਿ ED ਦੀ ਰਡਾਰ ਤੇ ਨੇ ਤੇ ED ਵੱਲੋਂ ਹੁਣ ਉਹਨਾਂ ਨੂੰ ਸਮਨ ਭੇਜੇ ਗਏ ਨੇ ਨੋਟਿਸ ਮਿਜਿਆ ਗਿਆ ਅਰਵਿੰਦ ਕੇਜਰੀਵਾਲ ਨੂੰ ED ਦੇ ਵੱਲੋਂ ਤੇ ਕੇਜਰੀਵਾਲ ਨੂੰ ED ਨੇ 2 ਨਵੰਬਰ ਨੂੰ ਪਹੁੰਚਕਿਜ ਦੇ ਲਈ ਸੱਦਿਆ ਹੈ ਦਿੱਲੇ ਦੇ ਮੁੱਖ ਮੰਤਰੀ ਆਤੀਸ਼ੀ ਜੋ ਨੇ ਉਹਨਾਂ ਨੇ ਵੀ ਬੀਜੇਪੀ ਤੇ ਸਾਦਾ ਨਿਸ਼ਾਨਾ ਸਾਧਿਆ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਨਿਸ਼ਾਨਾ ਸਾਧਿਆ ਜਾ ਰਹੇ ਇਲਜ਼ਾਮ ਬੀਜੇਪੀ ਤੇ ਲਗਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਜੋ ਬੀਜੇਪੀ ਹੈ ਉਹ ਖਤਮ ਕਰਨਾ ਚਾਹੁੰਦੀ ਹੈ ਕਿਉਂਕਿ ਈਡੀ ਵੱਲੋਂ ਹੁਣ ਜੋ ਇਹ ਨੋਟਿਸ ਭੇਜਿਆ ਗਿਆ ਦੋ ਨਵਾਬਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਈਡੀ ਵੱਲੋਂ ਜੋ ਨੋਟਿਸ ਹੈ ਭੇਜਿਆ ਗਿਆ ਉਸ ਤੋਂ ਪਹਿਲਾਂ ਵੀ ਪੁਚਕੀ ਚ ਅਰਵਿੰਦ ਕੇ ਜੀ ਵੱਲੋਂ ਇਸ ਮਾਮਲੇ ਦੇ ਵਿੱਚ ਹੋ ਚੁੱਕੀ ਹੈ ਤੇ ਇੱਕ ਵਾਰ ਫੇਰ ਤੋਂ ਈਡੀ ਨੇ ਉਹਨਾਂ ਨੂੰ ਪੁਚਕੀ ਚ ਦੇ ਲਈ ਸੱਦਿਆ ਤਾਂ ਬਿਲਕੁਲ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੂੰ ED ਨੇ ਹੁਣ ਨੋਟਿਸ ਭੇਜਿਆ 2 ਨਵੰਬਰ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਅਰਵਿੰਦ ਕੇਜਰੀਵਾਲ ਨੂੰ ਤਾਂ ਦੱਸ ਦਿਆ ਕਿ ਸ਼ਰਾਬ ਨੀਤੀ ਕੋਟਾਲੇ ਮਾਮਲੇ ਦੇ ਵਿੱਚ ਇੱਥੇ ਪੁੱਛਗਿੱਛ ਕੀਤੀ ਜਾਵੇਗੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਿਆ ਕਿ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੰਦ ਨੇ ਉਸ ਤੋਂ ਇਲਾਵਾ ਸੰਜੋਤ ਸਿੰਘ ਨੂੰ ਵੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਤਾਂ ਹੁਣ ਜੋ ਪੁੱਛਗਿੱਛ ਕੀਤੀ ਜਾਣੀ ਹੈ ਦਿੱਲੀ ਸੀਐਮ ਤੋਂ ਕੀਤੀ ਜਾਣੀ ਹੈ भारतीय हाँ जनता पार्टी को आम आदमी पार्टी से डर लगता है दिल्ली और पंजाब में हो रहे हर काम से डर लगता है फ्री बिजली से डर लगता है अच्छे स्कूलों से डर लगता है मोहल्ला क्लिनिक से डर लगता है इसीलिए वो झूठे केस करके आम आदमी पार्टी के नेताओं को जेल में डालना चाहती है पार्टी को खत्म करना चाहती है इसी साजिश के तहत 2 नवंबर को अरविंद केजरीवाल को ईडी ने समन किया है उनपे झूठा केस लगा के उनको गिरफ्तार करना चाहते हैं ईडी वाले भारतीय जनता पार्टी वाले पर मैं भारतीय जनता पार्टी को बता दूं कि हम जेल जाने से नहीं डरते हम उनके झूठे केसेस से नहीं डरते हम देश के लोगों के लिए देश के हर आम आदमी के लिए काम करते रहेंगे